ਪੰਜਾਬ ਦੇ ਦੋ ਕਵਾਂਤੀ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਚੋਣਾਂ ਹੋਣ ਚਾਹ ਰਹੀਆਂ ਹਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਵੱਟੇ-ਵੱਟੇ ਵਾਅਦੇ ਕਰ ਪਰਮਾ ਰਹੀਆਂ ਹਨ ਜਦੋਂ ਕਿ ਇਹ ਵਾਅਦੇ ਪੂਰੇ ਹੋਣ ਵਾਲੇ ਹੀ ਨਹੀਂ ਹੁੰਦੇ ਡੰਡੀ ਵਾਦੇ ਪੂਰੇ ਕਰਨ ਲਈ ਐਨੇ ਪੈਸੇ ਜਟਾਉਣੇ ਮੁਸ਼ਕਿਲ ਹੁੰਦੇ ਹਨ ਰਾਜਨੀਤਿਕ ਪਾਰਟੀਆਂ ਚੋਣਾਂ ਦੇ ਵੇਲੇ ਭੋਲੇ ਭਾਲੇ ਲੋਕਾਂ ਨੂੰ ਚੋਣ ਵਾਧਿਆਂ ਦੇ ਸਬਜ਼ ਬਾਗ ਦਿਖਾ ਬੜੀ ਚਲਾਕੀ ਨਾਲ ਉਹਨਾਂ ਤੋਂ ਵੋਟਾਂ ਬਟੌਰ ਲੈਂਦੀਆਂ ਹਨ ਫਿਰ 4 ਸਾਲਾਂ ਤੱਕ ਖਜ਼ਾਨਾ ਖਾਲੀ ਦਾ ਟਿੰਡੋਰਾ ਪਿੱਟਿਆ ਜਾਂਦਾ ਹੈ ਡੰਡ ਅਖਰੀ ਸਾਲ ਦੇ ਵਿੱਚ ਬਜਟ ਵਿੱਚ ਸਰਕਾਰ ਲੋਕਾਂ ਨੂੰ ਗੱਫੇ ਦੇਣ ਦਾ ਐਲਾਨ ਕਰਦੀ ਹੈ ਜਦੋਂ ਪੂਰੇ ਨਾ ਹੋਣ ਵਾਲੇ ਵਾਦੇ ਸਿਰੇ ਨਹੀਂ ਚੜਦੇ VOTER ਆਪਣੇ ਆਪ ਨੂੰ ਲੁੱਟੇ ਪੁੱਟੇ ਤੇ ਠੱਗੇ ਹੋਏ ਮਹਿਸੂਸ ਕਰਦੇ ਹਨ ਡੰਡੀ ਇਸ ਸਬੰਧੀ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਪਾਰਟੀ ਚੋਣ ਵਾਦੇ ਪੂਰੇ ਨਹੀਂ ਕਰਦੀ ਉਸਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੂੰ ਵੀ ਇਮਾਨਦਾਰ ਪੜ੍ਹੇ ਲਿਖੇ ਆਗੂ ਲੋਹੇ ਵੋਟ ਪਾਉਣੇ ਚਾਹੀਦੇ ਹਨ ਡੰਡੀ ਭਾਰਤ ਵਿੱਚ आर्म्स एक्ट 1959 ਅਤੇ ਹਥਿਆਰ ਸੰਬੰਧੀ ਕਾਨੂੰਨ 1920 ਸੰਵਿਧਾਨ ਵਿੱਚ ਦਰਜ ਹਨ ਜੋ ਹਥਿਆਰ ਦੀ ਪ੍ਰਾਪਤੀ ਮੁਰੰਮਤ ਉਤਪਾਦਨ ਜਾਂ ਆਯਾਤ ਨਿਰਯਾਤ ਨਾਲ ਸੰਬੰਧਿਤ ਹਨ ਹਰੇਕ ਵਿਅਕਤੀ ਨੂੰ ਸੁਰੱਖਿਅਤ ਜੀਵਨਤਾ ਅਧਿਕਾਰ ਹੈ ਡੰਡ ਪੈਰਾ ਜੇਕਰ ਕਿਸੇ ਵਿਅਕਤੀ ਨੂੰ ਜਾਨੀ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਆਰਮਜ਼ ਐਕਟ ਅਧੀਨ ਲਾਇਸੈਂਸ ਦਰਚ ਕਰਵਾ ਸਕਦੇ ਹਨ ਭਾਰਤ ਵਿੱਚ 21 ਸਾਲਾ ਵਿਅਕਤੀ ਲਾਇਸੈਂਸ ਦੀ ਪ੍ਰਾਪਤੀ ਕਰਕੇ ਹਥਿਆਰ ਰੱਖਣ ਦਾ ਹੱਕਦਾਰ ਹੈ ਅਤੇ ਕੋਈ ਵੀ ਵਿਅਕਤੀ ਦੋ ਤੋਂ ਵੱਧਰੇ ਹਥਿਆਰ ਨਹੀਂ ਰੱਖ ਸਕਦਾ ਡੰਨ ਏਕੇ 47 ਵਰਗੇ ਹਥਿਆਰ ਰੱਖਣ ਦਾ ਅਧਿਕਾਰ ਕੇਵਲ ਸੁਰੱਖਿਆ ਏਜੰਸੀਆਂ ਨੂੰ ਹੀ ਹੈ ਪਰ ਪੰਜਾਬ ਦੀ ਆਵਾਮ ਨੇਤਾ ਆਰਮਜ਼ ਐਕਟ ਦੀਆਂ ਧੱਜੀਆਂ ਉਡਾ ਕੇ ਹਥਿਆਰਾਂ ਨੂੰ ਠੇਡਾਉਣਾ ਬਣਾ ਲਿਆ ਹੈ ਡੰਨ ਅਚੋਕੇ ਸਮੇਂ ਦੌਰਾਨ ਹਥਿਆਰਾਂ ਦੀ ਵਰਤੋਂ ਸੁਰੱਖਿਆ ਲਈ ਨਹੀਂ ਬਲਕੇ ਟੌਰ ਲਈ ਅਤੇ ਕਾਨੂੰਨ ਦੀ ਸਥਿਤੀ ਨੂੰ ਡਾਵਾ ਟੋਲ ਕਰਨ ਲਈ ਹੋ ਰਹੀ ਹੈ। ਰਾਜ ਵਿੱਚ ਸ਼ਰਿਆ ਗੁੰਟਾ ਕਰਦੀ ਦਾ ਨੰਗਾ ਨਾਚ ਹੋ ਰਿਹਾ ਹੈ। ਸੁਧੀਰ ਸੂਰੀ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਅਜਹੀਆਂ ਕਟਨਾਵਾਂ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੀਆਂ ਹਨ ਜਦ ਤੱਕ ਰਿਸ਼ਵਤ ਖੋਰੀ ਦੀ ਆੜੇਠਾ ਹਥਿਆਰਾ ਦੇ ਚਾਲੀ ਲਾਇਸੈਂਸ ਬਣਤੇ ਰਹਿਣਗੇ ਕਾਨੂੰਨ ਦਾ ਖੌਫ ਅਫਾਮ ਦੇ ਦਿਲ ਵਿੱਚ ਨਹੀਂ ਹੋਵੇਗਾ ਤਦ ਤੱਕ ਪੰਜਾਬ ਵਿੱਚ ਗੈਂਗਸਟਰ ਵਾਕ ਪੈਰ ਪਸਾਰਦਾ ਰਹੇਗਾ ਅਤੇ ਆਮ ਜਨਤਾ ਦੀ ਜਾਨ ਨੂੰ ਖਤਰਾ ਬਣਿਆ ਰਹੇਗਾ ਜਿਹੀਂਆ ਘਟਨਾਵਾਂ ਨਾਗਰਿਕਾਂ ਦਾ ਧਿਆਨ ਦੇਸ਼ ਦੇ ਅਹਿਮ ਮੁੱਦਿਆਂ ਤੋਂ ਭਟਕਾਉਂਦੀਆਂ ਹਨ ਅਤੇ ਫਿਰਕੂ ਪੁਣੇ ਦੀ ਭਾਵਨਾ ਨੂੰ ਜਨਮ ਦਿੰਦੀਆਂ ਹਨ ਜਦੋਂ ਤੱਕ ਦੇਸ਼ ਅਤੇ ਕਾਨੂੰਨ ਦੀ ਸਥਿਤੀ ਮਜ਼ਬੂਤ ਕਰਨ ਦੀ بجائے ਰਾਜਨੀਤਿਕ ਲੀਡਰ ਬੇਤੁਕੀਆਂ ਟਿੱਪਣੀਆਂ ਸਦਕਾ ਖੁਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਸਟਾਫ